ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਆ ਸਾਡੇ ਬਾਹੂ ਜੀ ਸਾਡੇ ਕੋਲ ਭੰਡਾਰੀ ਕਾਰ ਬਾਜ਼ਾਰ ਤੇ ਬੜੀ ਕਾਫੀ ਦੂਰੋਂ ਸਾਡੇ ਕੋਲ ਕਾਰ ਪਰਚੇਜ਼ ਕਰਨ ਆਇਆ ਆਪਾਂ ਬਾਹੂ ਜੀ ਨੂੰ ਪੁੱਛਦੇ ਵੀ ਕਿਹੜੀ ਜਗ੍ਹਾ ਤੋਂ ਆਇਆ ਤੇ ਸਾਡੇ ਬਾਰੇ ਕਿੱਦਾਂ ਪਤਾ ਲੱਗਾ ਉਹ ਜਿਹੜੀਆਂ ਕਾਰਾਂ ਦੇਖੀਆਂ ਉਹ ਕਿੱਦਾਂ ਲੱਗੀਆਂ ਉਹ ਜਿਹੜੀ ਲੈ ਕੇ ਚੱਲੇ ਉਹ ਕਿੱਦਾਂ ਦੀ ਕਾਰ ਲੱਗੀ ਭਾਈ ਨਮਸਕਾਰ ਜੀ ਨਮਸਕਾਰ ਜੀ ਸਰ ਕਿਹੜੀ ਜਗ੍ਹਾ ਤੋਂ ਆਏ ਜੀ ਮੈਂ ਜੀ ਪਟਿਆਲੇ ਤੋਂ ਆਇਆ ਖਾਸ ਪਟਿਆਲੇ ਤੋਂ ਖਾਸ ਪਟਿਆਲੇ ਤੋਂ ਅੱਜ ਦਿਨ ਵੀ ਵਧੀਆ ਜੀ ਲਕਸ਼ਮਾ ਦੇਣੇ ਆ ਦੀਵਾਲੀ ਦਾ ਮੌਕਾ ਤਾਂ ਮੁਬਾਰਕਾਂ ਤੁਹਾਨੂੰ ਪਹਿਲਾਂ ਤਾਂ ਦੀਵਾਲੀਆਂ ਬਹੁਤ ਬਹੁਤ ਤੁਹਾਨੂੰ ਵੀ ਬਹੁਤ ਬਹੁਤ ਗੱਡੀ ਦੀਆਂ ਵੀ ਦੋ ਮੁਬਾਰਕਾਂ ਜੀ ਤੁਹਾਨੂੰ ਥੈਂਕ ਯੂ ਵੈਰੀ ਮਚ ਤੇ ਤੁਹਾਨੂੰ ਇੱਥੇ ਭੰਡਾਰੀ ਕਾਰ ਬਾਜ਼ਾਰ ਦਾ ਕਿੱਦਾਂ ਪਤਾ ਲੱਗਾ ਸਰ ਐਕਚੁਅਲੀ ਮੈਂ YouTube ਤੇ ਚੈਨਲ ਦੇਖਿਆ ਸੀ ਉਹ ਵੀ ਮੇਰੇ ਦੋਸਤ ਨੇ ਸੁਜੈਸਟ ਕੀਤਾ ਦੇਖ ਲੁਧਿਆਣੇ ਦਾ ਕਹਿੰਦਾ ਜੀ ਤੁਸੀਂ ਇੱਕ ਭੰਡਾਰੀ ਕਾਰ ਬਾਜ਼ਾਰ ਹੈ ਆਦਮਪੁਰ ਕੋਲੇ ਠੀਕ ਹੈ ਜੀ ਤੇ ਉੱਥੇ ਜਾ ਕੇ ਦੇਖੋ ਕਾਰਾਂ ਵਧੀਆ ਮੈਂ ਲੱਭ ਰਿਹਾ ਸੀ ਕਾਰ ਕੋਈ ਠੀਕ ਹੈ ਜੀ ਤੇ ਮੈਂ YouTube ਚੈਨਲ ਦੇਖਿਆ ਤੇ ਮੈਨੂੰ ਅੱਛਾ ਲੱਗਿਆ ਠੀਕ ਹੈ ਫਿਰ ਉਹਨੇ ਜੋ ਫੀਡਬੈਕ ਦਿੱਤੀ ਸੀ ਮੇਰੇ ਦੋਸਤ ਨੇ ਮੇਰਾ ਕੋਲੀਗ ਹੈ ਮੈਂ ਪੰਜਾਬੀ ਯੂਨੀਵਰਸਿਟੀ ਕੰਮ ਕਰ ਰਿਹਾ ਠੀਕ ਹੈ ਜੀ ਪਟਿਆਲੇ ਤੇ ਮੈਨੂੰ ਅੱਛਾ ਲੱਗਿਆ ਫਿਰ ਮੈਂ ਆਇਆ ਇੱਥੇ ਜਦ ਸ਼ੋਰੂਮ ਦੇਖਿਆ ਡੀਲਿੰਗ ਦੇਖੀ ਤੇ ਮੈਨੂੰ ਲੱਗਿਆ ਕਿ ਪੂਰੀ ਜਿਹੜੀ ਇਹ ਬਿਲਡਿੰਗ ਖੜੀ ਹੈ ਐਡੀ ਵੱਡੀ ਇਹ ਸੱਚਾਈ ਤੇ ਖੜੀ ਹੈ ਥੈਂਕ ਯੂ ਜੋ ਇਹਨਾਂ ਨੇ ਬੋਲਿਆ ਬਿਲਕੁਲ ਔਰ ਤੁਹਾਡੇ ਵਰਗੇ ਵੀਰਾਂ ਦਾ ਬਿਲਕੁਲ ਸਾਥ ਹੈ ਜੀ ਹਾਂਜੀ ਔਰ ਜਿੱਦਾਂ ਦੇ ਸਾਡੇ ਵੀਰ ਫਰੈਸ਼ ਕਰਦੇ ਸਾਨੂੰ ਇਦਾਂ ਦੀ ਚੀਜ਼ ਦਿਓ ਆਪਾਂ ਪੂਰੀ ਮਿਹਨਤ ਨਾਲ ਇਹ ਚੀਜ਼ ਨੂੰ ਫਤਿਹ ਕਰਦੇ ਹਾਂ ਵੀ ਸਾਨੂੰ ਕੋਈ ਸਾਡੀ ਖਰਾਬੀ ਨਾ ਕਿਸੇ ਕਿਸਮ ਨਹੀਂ ਕਿਸੇ ਦੀ ਨਹੀਂ ਜੋ ਇਹਨਾਂ ਨੇ ਮੈਨੂੰ ਦੱਸਿਆ ਮੈਨੂੰ ਇਹਨਾਂ ਦੇ ਜੋ ਵੀ ਸਟਾਫ ਹੈ ਡੀਲਿੰਗ ਬੜੀ ਵਧੀਆ ਸੀ ਉਹਨਾਂ ਨੇ ਇੱਕ ਇੱਕ ਗੱਲ ਮੈਨੂੰ ਦੱਸੀ ਜਿਹੜੀ ਮੈਂ ਪੁੱਛੀ ਮੈਨੂੰ ਬਿਲਕੁਲ ਟੂ ਮਾਈ ਸੈਟੀਸਫੈਕਸ਼ਨ ਉਹਦਾ ਜਵਾਬ ਮਿਲਿਆ ਤੇ ਬਿਲਕੁਲ ਸੱਚੀ ਗੱਲ ਦੱਸੀ ਕੋਈ ਲੁਕੋ ਨਹੀਂ ਸੀ ਕੁਛ ਨਹੀਂ ਸੀ ਤੇ ਮੈਂ ਫਿਰ ਜਦ ਇਹਨਾਂ ਦੀ ਡੀਲਿੰਗ ਦੇਖੀ ਤੇ ਕਾਗਜ਼ ਕੂਗਜ਼ ਸਾਰੇ ਪੂਰੇ ਸੀਗੇ ਮੈਂ ਲੱਗਿਆ ਕਿ ਮੈਂ ਬਹੁਤ ਠੀਕ ਜਗ੍ਹਾ ਆਇਆ ਚਾਹੇ ਮੈਨੂੰ ਸਾਲ ਹੋ ਗਿਆ ਲੱਭਦੇ ਗੱਡੀ ਨੂੰ ਬਹੁਤ ਜਗ੍ਹਾ ਲੱਭੀ ਪਰ ਇੱਥੇ ਆ ਕੇ ਮੇਰੀ ਸੈਟੀਸਫੈਕਸ਼ਨ ਹੋਈ ਮੈਂ ਮਿੰਟ ਨਹੀਂ ਲਾਇਆ ਫਿਰ ਉਦੋਂ ਬਾਅਦ ਮਾਂ ਜੀ ਮੈਨੂੰ ਦੋ ਗੱਡੀ ਕਹਿੰਦੇ ਲੈ ਜਾਓ ਮੈਂ ਲੈ ਕੇ ਮੈਂ ਦੀਵਾਲੀ ਵਾਲੇ ਦਿਨ ਆਊਂਗਾ ਕੱਲ ਨੂੰ ਵੀ ਤੁਸੀਂ ਪੇਮੈਂਟ ਦੱਸੋ ਤੁਸੀਂ ਆਏ ਆ ਸਾਡੇ ਕੋਲ ਸਰ ਔਰ ਸਾਡੇ ਵੀਰ ਸਾਰੇ ਵੀਡੀਓ ਦੇਖ ਰਹੇ ਆ ਤੇ ਤੁਸੀਂ ਉਹਨਾਂ ਨੂੰ ਸਾਡੇ ਬਾਰੇ ਕੀ ਸੰਦੇਸ਼ ਦੇਣਾ ਮੈਂ ਜੀ ਬਿਲਕੁਲ ਸੁਜੈਸਟ ਕਰੂੰਗਾ ਵੀ ਕਾਰ ਲੈਣ ਤੋਂ ਪਹਿਲਾਂ ਜਿੱਥੋਂ ਮਰਜ਼ੀ ਹੋਵੇ ਮੈਂ ਵੀ ਆਇਆ ਸਭ ਤਕਰੀਬਨ ਲਾ ਲਓ ਵੀ 200 ਕਿਲੋਮੀਟਰ ਤੋਂ ਆਇਆ ਪਰ ਜਦ ਤੁਸੀਂ ਇੱਕ ਵਾਰੀ ਇੱਥੇ ਅੱਗੇ ਜਾਇਓ ਮੈਨੂੰ ਨਹੀਂ ਲੱਗਦਾ ਤੁਸੀਂ ਖਾਲੀ ਜਾਓਗੇ ਕੁਛ ਨਾ ਕੁਛ ਲੈ ਕੇ ਜਾਓਗੇ ਕਿਉਂਕਿ ਜੋ ਵੀ ਦੇਖਿਆ ਬਹੁਤ ਅੱਛਾ ਬਹੁਤ ਅੱਛੀ ਡੀਲਿੰਗ ਸੀ ਸਟਾਫ ਬਹੁਤ ਅੱਛਾ ਸੀਗਾ ਅਤੇ ਸਭ A1 ਕਹਿ ਸਕਦੇ ਬਹੁਤ ਅੱਛਾ ਥੈਂਕ ਯੂ ਥੈਂਕ ਯੂ ਤੁਹਾਡਾ ਟੀਮ ਦਾ ਵਧੀਆ ਸ਼ੋਅ ਇਹ ਤੁਹਾਡੀ ਸੇਵਾ ਹੀ ਹੈ ਸਮਾਜ ਲਈ ਸਰ ਦੇਖੋ ਹਰ ਬੰਦੇ ਨੇ ਪੈਸੇ ਖਰਚਣੇ ਆ ਆਪਾਂ ਵੀ ਚਾਹੁੰਦੇ ਵੀ ਜਿਹੜਾ ਪੈਸੇ ਲੱਗੇ ਉਹ ਕਿਸੇ ਚੰਗੀ ਚੀਜ਼ ਬਿਲਕੁਲ ਬਿਲਕੁਲ ਬੜੀ ਖੁਸ਼ੀ ਹੋਈ ਮੈਨੂੰ ਮਿਲ ਕੇ ਥੈਂਕ ਯੂ ਜੀ ਮੁਬਾਰਕਾਂ ਤੁਹਾਨੂੰ ਵੀ ਸਰ ਵੀਰਾਂ ਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਵੀ ਔਰ ਸਾਡੇ ਬਾਊ ਜੀ ਨੂੰ ਵੀ ਬਹੁਤ ਬਹੁਤ ਡਬਲ ਮੁਬਾਰਕਾਂ ਜੀ ਥੈਂਕ ਯੂ ਸਰ ਛੋਟਾ ਜਿਹਾ ਗਿਫਟ ਹੈ ਜੀ ਥੈਂਕ ਯੂ ਵੈਰੀ ਮਚ ਜੀ ਹੈਪੀ ਦੀਵਾਲੀ ਹੈਪੀ ਦੀਵਾਲੀ ਟੂ ਆਲ ਦਾ ਵਿਊਅਰਸ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਸਾਡੇ ਵੀਰ ਜੀ ਕਾਫੀ ਦੂਰੋਂ ਸਾਡੇ ਕੋਲ ਕਾਰ ਪਰਚੇਜ਼ ਕਰਨ ਆਇਆ ਆਲਰੇਡੀ ਭਾਜੀ ਪਹਿਲਾਂ ਵੀ ਸਾਡੇ ਕੋਲ ਕਾਰ ਪਰਚੇਜ਼ ਕਰ ਚੁੱਕੇ ਆ ਫਿਰ ਆਪਾਂ ਵੀਰ ਜੀ ਨੂੰ ਪੁੱਛਦੇ ਵੀ ਸਾਰੇ ਆਏ ਕਿਹੜੀ ਜਗ੍ਹਾ ਤੋਂ ਆ ਔਰ ਜਿਹੜੀ ਕਾਰ ਪਰਚੇਜ਼ ਲੈ ਕੇ ਚੱਲੇ ਉਹ ਕਿੱਦਾਂ ਦੀ ਕਾਰ ਆ ਸਤਿ ਸ਼੍ਰੀ ਅਕਾਲ ਜੀ ਸਰ ਕਿਹੜੀ ਜਗ੍ਹਾ ਤੋਂ ਤੁਸੀਂ ਸਾਡੇ ਵੀਰਾਂ ਨੂੰ ਜਰਾ ਦੱਸੋ ਮੈਂ ਪਟਿਆਲੇ ਖਾਸ ਸ਼ਹਿਰ ਦਾ ਰਹਿਣ ਵਾਲਾ ਜੀ ਪਾਖੜਾ ਇਨਕਲੇਵ ਸੰਗਰੂਰ ਰੋਡ ਤੋਂ ਤੇ ਮੈਂ ਅੱਜ ਆਪਣੇ ਬ੍ਰਦਰ ਨੂੰ ਕਾਰ ਦਿਵਾਉਣ ਆਇਆ ਸੀ ਇਹ ਸੰਤ ਇਨਕਲੇਵ ਪਟਿਆਲਾ ਤੋਂ ਤੇ ਆਲਮੋਸਟ ਸਾਡਾ 5th ਵਹੀਕਲ ਹੈ ਭੰਡਾਰੀ ਕਾਰ ਬਾਜ਼ਾਰ ਤੋਂ ਤੇ ਹੁਣ ਤਾਂ ਸਾਨੂੰ ਕਾਰ ਨਾਲੋਂ ਵੱਧ ਖੁਸ਼ੀ ਭਾਜੀ ਨੂੰ ਮਿਲਣ ਲਈ ਹੁੰਦੀ ਹੈ ਨਾਲੇ ਅੱਜ ਦੀਵਾਲੀ ਔਰ ਡਬਲ ਮਾਰਕ ਅੱਜ ਅਸੀਂ ਇਸ ਗੱਲ ਲਈ ਐਕਸਾਈਟਿਡ ਹੁੰਦੇ ਆ ਕਿ ਕਦੋਂ ਕਿਸੇ ਵੀਰ ਭਰਾ ਨੂੰ ਗੱਡੀ ਚਾਹੀਦੀ ਤੇ ਭਾਜੀ ਕੋ ਲੈ ਕੇ ਚੱਲੀਏ ਤੇ ਨਾਲੇ ਮਿਲ ਗਿਲ ਕੇ ਆਈਏ ਤੇ ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ ਐਕਸਪੀਰੀਅੰਸ ਆ ਸਾਡਾ ਸਾਨੂੰ ਇੰਨਾ ਕੁ ਟਰਸਟ ਰਹਿੰਦਾ ਕਿ ਸਾਨੂੰ ਹੁਣ ਗੱਡੀ ਚਲਾਉਣ ਦੀ ਵੀ ਲੋੜ ਨਹੀਂ ਪੈਂਦੀ ਵੇਖਣ ਦੀ ਵੀ ਲੋੜ ਨਹੀਂ ਪੈਂਦੀ ਇੰਨਾ ਕੁ ਅਪ ਟੂ ਡੇਟ ਹੈ ਤੇ ਭਾਜੀ ਹਰਾਂ ਦੀ ਹੌਸਪਿਟੈਲਿਟੀ ਭਾਜੀ ਹਰਾਂ ਦਾ ਗ੍ਰੀਟ ਕਰਨ ਦਾ ਤਰੀਕਾ ਅਟੈਂਡ ਕਰਨ ਦਾ ਤਰੀਕਾ ਬਹੁਤ ਹੀ ਐਪਰੀਸ਼ੀਏਬਲ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਪਰਮਾਤਮਾ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਦੇ ਭਾਜੀ ਹਰਾਂ ਔਰ ਭਾਜੀ ਹਰਾਂ ਨੇ ਮੈਨੂੰ ਕੱਲ੍ਹ ਮੈਂ ਗਾਰ ਲੈ ਕੇ ਆਇਆ ਸੀ ਮੈਨੂੰ ਕਹਿੰਦੇ ਧੋਣੀ ਵੀ ਨਹੀਂ ਇੱਦਾਂ ਹੀ ਦੇ ਮੈਂ ਕਿਹਾ ਨਹੀਂ ਭਾਜੀ ਦਊਂਗਾ ਮੈਂ ਡਰੈਕਲਿੰਗ ਕਰਕੇ ਦਊਂਗਾ ਜੀ ਸਾਡਾ ਐਕਸਪੀਰੀਅੰਸ ਤਕਰੀਬਨ 2018 ਤੋਂ ਸ਼ੁਰੂ ਹੋਇਆ ਹੋਇਆ ਤੇ ਸਾਡਾ ਐਕਸਪੀਰੀਅੰਸ ਬਹੁਤ ਚੰਗਾ ਰਿਹਾ ਕਈ ਵਾਰੀ ਇਹ ਵੀ ਹੋਇਆ ਵੀ ਅਸੀਂ ਖੁਦ ਨਹੀਂ ਆ ਸਕਦੇ ਤੇ ਅਸੀਂ ਫੋਨ ਕੀਤਾ ਤੇ ਸਾਡਾ ਕੋਈ ਹੋਰ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਆਏ ਤੇ ਉਹਨੇ ਜਾ ਕੇ ਦੁੱਗਣੀ ਸਲਾਹਣਾ ਕੀਤੀ ਹੈ ਕਿ ਸਾਡਾ ਐਕਸਪੀਰੀਅੰਸ ਬੜਾ ਚੰਗਾ ਰਿਹਾ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਹੰਬਲ ਰਿਕੁਐਸਟ ਕਰਾਂਗਾ ਕਿ ਤੁਸੀਂ ਜ਼ਰੂਰ ਆਓ ਲੈਣਾ ਨਾ ਲੈਣਾ ਇੱਕ ਸੈਕਿੰਡ ਪਾਰਟ ਹੈ ਬਟ ਤੁਸੀਂ ਤਰੀਕਾ ਵੇਖ ਕੇ ਇੱਕ ਵਾਰੀ ਇੰਪ੍ਰੈਸ ਹੋ ਜਾਓਗੇ ਅਸੀਂ ਵੀ ਕੰਮ ਕਰਨ ਵਾਲੇ ਬੰਦੇ ਹਾਂ ਬਟ ਸਾਨੂੰ ਚੰਗਾ ਲੱਗਦਾ ਸਾਨੂੰ ਕਾਰ ਦੇ ਪੈਰਲਲ ਹੋਰ ਬਹੁਤ ਕੁਝ ਸਿੱਖਣ ਨੂੰ ਮਿਲਦਾ ਸੋ ਵਾਂਸ ਅਗੇਨ ਬਹੁਤ ਬਹੁਤ ਮਿਹਰਬਾਨੀ ਭਾਜੀ ਇਸ ਚੀਜ਼ ਦੇਣ ਲਈ ਡਬਲ ਮੁਬਾਰਕਾਂ ਜੀ ਤੁਹਾਨੂੰ ਵੀ ਕਾਰ ਦੀਆਂ ਵੀ ਔਰ ਦੀਵਾਲੀ ਦੀਆਂ ਵੀ ਤੇ ਸਾਰੇ ਵੀਰਾਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਇੱਕ ਸਾਲ ਸਾਡੇ ਵੱਲੋਂ ਛੋਟਾ ਜਿਹਾ ਭਰਾ ਨੂੰ ਗਿਫਟ ਆ ਧੰਨਵਾਦ ਜੀ ਇਹ ਅੱਜ ਦੀਵਾਲੀ ਹੈਗੀ ਆ ਧੰਨਵਾਦ ਮੁਬਾਰਕਾਂ ਤੁਹਾਨੂੰ ਸਾਰੇ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਇੰਡੀਅਨ ਵਾਲਿਆਂ ਨੂੰ ਔਰ ਐਨਆਰ ਵੀਰਾਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਅੱਜ ਫਿਰ ਦੁਬਾਰਾ
और जिस तरह के पहली वीडियो बहुत सारा मेरे वीर ने सानू बहुत सारा प्यार भी दिता और बहुत सारे कमेंट भी किए और अपनी वीडियो अपने यार दोस्तों भैन भरावों शेयर भी की और वो साढ़े वीर आ के कारा भी साढ़े को परचेज करके लैके गए उन्होंने वीर का भी आप सारे का धन्यवाद करते हैं जी। और जिस तरह के साढ़े वीर कहें कोई घट चलिया कारा कोई आओ आप अपने वीर से कुछ कारा लैके आए जिस तरह के किया दियाँ और छोटी अल्टो वगैरह इस तरह दारा दिखावे जो कि एज ए डिमांड पर आ और शोरूम के वेटिंग कारा आप अपने वो भी अपने वीर वास्ते वो भी कारा अच्छ लैके आए हैं वह भी दिखावे। और गल करिए जिस तरह के साढ़े वीर कहते भी लोन कि हों कोई भी वीर पूरे पंजाब चों जितों मर्जी मेरे वीर आन आप 70 तो 80% कार से लोन करते हैं कहता भाव मान लो तुम 10 लाख रुपए की कार लें तो आप लगभग 7 तो 8 लाख रुपया उस कार के उपर लोन करके दे सकते हैं तुहानू 20% या 30% पेमेंट पे करने की और सेम डे ही कार आप लोन करके दें और पेपर तुम डाकूमेंट अपने सारे नाल लैके आने पैन कार्ड आधार कार्ड बैंक स्टेटमेंट 5 चैक तो जिस तरह के इनकम टैक्स दिन 2 रिटर्न जिस तरह के साढ़े वीर को गवर्नमेंट अपलाई आ वो अपने 16 नंबर फॉर्म वगैरह ये चीज़ा जरूर चाहिए नाल सेम डे ही आप कार डिलीवर करके देवे। और गल करिए जिस तरह के साड़ी लोकेशन की आ भंडारी कार बाजार भोगपुर डिस्ट्रिक्ट जलंधर जी जे साढ़े वीर कोई लुधियाने तो या मोगे साइड तो आ रहा उन्होंने जलंधर आना पेगा जलंधर तो 20 किलोमीटर नैशनल हाईवे रोड पठानकोट से भोगपुर शहर है जी। जिदा ही तुम भोगपुर शहर बाजार पार करोगे अगे तुम भंडारी कार बाजार का बोर्ड नजर आ जाएगा। जे कोई वीर साढ़े पठानकोट गुरदासपुर साइड तो आ रहा उन्होंने बाया मकेरियाँ टांडा तो टांडे तो अगे भोगपुर यानी कि पठानकोट तो 70 किलोमीटर भोगपुर है। और जिस तरह के साढ़े वीर कई कह रहे सूँ स्नैप चाहिए कारा दियाँ वो वास्ते सर साढ़े 2 नंबर पर कैटलॉग चल रही है 9870804861 यदा वट्सअप खोलोंगे तो वट्सअप के उपरले पासे एक छोटा जा किताब का साइन बनया है जिस तरह तुम उन्होंने टच करोगे तो साड़ा पूरी कैटलॉग खुल जाएगी और हर कार दियाँ 4 तो 5 स्नैप प्लस रेट मॉडल और किलोमीटर हर चीज़ उस मैनशन आ। दूसरा नंबर है जी 8871404861 तुम इस नंबर पर पा के तुम अपना सारा घर बैठे अपनी फैमिली ना साडा जिन्ना स्टॉक 200 तो 250 कार का स्टॉक आज ए एक छत के थले आ जी तुसी देख सकते हो हर तरह की कार हर तरह का समेट हर तरह की डीजल पेट्रोल छोटी वड्डी कार फोर्चूनर बलारो जो मर्जी जिदा की मर्जी तुसी सारा स्टॉक साडा घर बैठे देख सकते हैं और अपना फैमिली ना विचार करके जिहड़ी भी कार परचेज करनी तुसी साडे को आण के विजिट करके परचेज कर सकते हैं और कार की फुल गरंटी होगी कोई लगी वजी कोई मीटर बैक कोई एक्सीडेंट इदां दी कार ना आपां सर लैने आ ना परचेज करके दिंदे आ ना किसी वीर नूं भेजदे आ और डॉक्यूमेंट आप ट्रांसफर करवा के दें जी कार किसी वीर कित घूमन की लड़ नहीं खेचल करने की लड़ नहीं जिस तरह से आप साढ़े बच्चे जिदा गड्डी डिलीवर करते सारा कुछ अं अपनी फॉर्मैलिटी इतने करके तोरते हैं जी इंश्योरेंस प्रदूषण RC ट्रांसफर ये सारा कुछ साड़ी जिम्मेवार असी करवा के ही दें जे को खर्चा भी आता वो असी कस्टमर उस टाइम पे करके तुम वीर दस दें साढ़े भी इन्ना तुहाडा खर्चा जी उस तरह लैके तुहानू कितें घूमन की लोड़ नहीं कोई डॉक्यूमेंट लैके कितें कचहरियां जाने की लोड़ नहीं सारा कुछ अहीं आपे खुद ही करवा के दिंदे आं और RC ट्रांसफर करवा के तुहाडे घर पहुँच जाती है। तो इस तरह हुण आपां ज़्यादा टाइम ना लेंदे होए अपने वीरां नूं नवां स्टॉक अज दिखाउने आं जी अपने वीरां वास्ते की लैके आए हैं 22 मॉडल कारा 21 मॉडल 20 मॉडल 19 मॉडल घट चलिया कोई 1000 2000 5000 चलिया इन दिया कारा अपने वीर दिखाने आओ जी करते हैं स्टार्ट। ये सर किया सोनट नवे लोबो वाली 2021 मॉडल जी दसंबर महीने की आ दसंबर महीने की 15-30 की कार सिर्फ 4000 किलोमीटर कार रनिंग और डीजल वर्जन दे विच जो कि यह भी कार वेटिंग दे विच है जी पर अपने को कोई वेटिंग नहीं साढ़े वीर दे शोरूम तो जो मर्जी जिदा की मर्जी कार ले लो बिल्कुल ब्रैंड न्यू का मतलब ब्रैंड न्यू 4100 किलोमीटर टोटल कार रनिंग डीजल वर्जन दे विच इहदे विच तुहानू सर मिलेगा पुश बटन स्टार्ट स्टीयरिंग कंट्रोल कंपनी टच प्लेयर और ब्रैंड न्यू मतलब ब्रैंड न्यू कोई छोटा मोटा भी कार नू कोई दाग कोई स्क्रैच कोई डेंट नहीं और 5 टायर दे नाल दे जी स्टपनी अनयूज
और ये कंपनी का मिलेगा जी आपको बैक कैमरा भी जी बिल्कुल स्टपनी अनजूस शोरूम कंडीशन नवी कार और यह नंबर आप अपने वीर बोल देने PB28H9091 नंबर बहुत सोहना 9091 ये अपने वीर कार दे देंगे सर आप 11,20,000 रुपए की 2021 सिर्फ 4,000 किलोमीटर कार है ब्रैंड न्यू का मतलब ब्रैंड न्यू कार जी डीजल वर्जन ये सर 2022 मॉडल एक्सल 6 पेट्रोल वर्जन दे विच कार चली है सिर्फ सर 3500 किलोमीटर और अपने व्यूअर नूं सेविंग भी ये आप मोटी देवांगे PB08EW8180 कार का नंबर इनू प्लाटी दे अलाइटर बिल्कुल ब्रैंड न्यू लगे जी और सब तो टॉप वाला मॉडल है लगभग 1,480,000-1,485,000 के करीब ये मॉडल है जी और अलाइटर पाए एक्स्ट्रा ये टोटली कार लगभग 15.5 लाख रुपए की कार पैंदी है जी सारा एक्सेसरी ला के लाइटर पा के और ब्रैंड न्यू कंडीशन सिर्फ 3500 किलोमीटर कार रनिंग सब तो टॉप वाला मॉडल अल्फा जिहदे विच पुश बटन स्टार्ट स्टीयरिंग कंट्रोल कंपनी टच प्लेयर लैदर दे सीट कवर कंपनी वाले और 7 सीटर एक्सल 6 हाइब्रिड मॉडल PB8 लोकल जलंधर का नंबर जी नैक्सा का ब्रांड और डिग्गी का स्पेयर बूस्ट भी काफ़ी समान रखने वास्ते बहुत वधिया और कोई एक छोटा मोटा भी मक्खी जिन्ना भी कार नूं कोई दाग स्क्रैच नहीं और कार चली सिर्फ 3400-3500 किलोमीटर कार रनिंग एक्सल 6 सब तो टॉप वाला मॉडल और ये आप अपने वीर कार दे देंगे जी कि 15.5 लाख रुपए की सारा ऑन रोड पै रही है आप अपने भरावों देवे सिर्फ 13 लाख रुपए की कार 3000 किलोमीटर चली दे अपने वीर 2.5 लाख रुपए की सेविंग होएगी जी ये वीर जी किया सेल्टोस ऑटोमैटिक जिस तरह अपने वीर की बहुत ज़्यादा डिमांड सी भी ऑटोमैटिक दे विच कोई किया लैके आओ आप अपने वीर की डिमांड पर किया सेल्टोस लैके आए PB91 लुधियाने का नंबर जी PB91H9955 कार का नंबर है 9955 और नाल दे गुडियर दे टायर और कंपनी दे ही अलाइवल्स ऑटोमैटिक दे विच पुश बटन स्टार्ट कंपनी टच प्लेयर और इनू भी लैदर दे सीट कवर बहुत वधिया एक्स्ट्रा लगे हुए ये भी टोटली बंपर टू बंपर सारी कार ओरिजिनल जेन्युइन कंपनी रिकॉर्ड ना ही कार चली हुई है और ब्रैंड न्यू कंडीशन कार चली है सिर्फ जी 33,000 किलोमीटर कार रनिंग और ये भी बंपर टू बंपर फुल कार ओरिजिनल कोई बंपर भी अज तक यदा कार का रीपेंट नहीं ये आप अपने वीर कार दे देंगे जी 14 लाख रुपए की नवी इस टाइम पै रही है जी लग प्लस वेटिंग वक्री जा कोई निकी मोटी उत्थे ला लो एक्सेसरी पा लो सत श्री अकाल जी सारे वीर साढ़े भाजी ने साढ़े को कार परचेज की ब्रीजा और डबल मुबारक भाजी ने एक दिवाली दियाँ तो दूजा कार दियाँ जी और आप इन्होंने पूछते सर कि जगह तो आए हैं और अब साढ़े को इन्होंने कार परचेज की कि लगी आ और सा स्टोर कितना लगा सत श्री अकाल जी सत श्री अकाल भाजी सर कि जगह तो जी भाजी पलास तो आए हैं बहुत वधिया तुहाडा शोरूम भी बहुत सोहना वे ते सारे ही वर्कर भी वधिया डील करदे ने ठीक है जी थैंक यू जी बहुत सोहना काम तुहाडा मेहरबानी और ये साडे वीर हैगे जी NRI है मेरा भरा बहुत पुराना पर लेकिन और NRI वीर भी बहुत बहुत थैंक्स जी तुम साढ़े को अच्छ चल के आए हैं
और मेहरबानी ਤੁਹਾਡੀ। ਹੋਰ ਤੁਸੀਂ ਜਿਹੜੀ ਅੱਜ ਕਾਰ ਪਰਚੇਜ ਕੀਤੀ ਕਿਦਾਂ ਲੱਗੀ ਭਾਜੀ? ਬਹੁਤ ਵਧੀਆ ਜੀ, ਬਹੁਤ ਸੋਹਣੀ ਕਾਰ ਅੱਜ ਵਧੀਆ ਦਿਲ ਵੀ ਹੈਗਾ ਸੀ ਇਸ ਕਾਰ ਦੇ ਤੇ ਮਿਲ ਵੀ ਹੋ ਗਈ ਨਾਲੇ ਦਿਵਾਲੀ ਦਾ ਤਿਆਰ ਹੈ ਔਰ ਪਰਮਾਤਮਾ ਚੜ੍ਹਦੀ ਕਲਾ ਰੱਖੇ ਜੀ। ਠੀਕ ਹੈ ਭਾਜੀ। ਹੋਰ ਸਾਡੇ ਸਾਰੀ YouTube ਫੈਮਿਲੀ ਵੀਡੀਓ ਦੇਖਦੀ ਆ, ਤੁਸੀਂ ਸਾਡੇ ਬਾਰੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਉਹਨਾਂ ਨੂੰ? ਠੀਕ ਹੈ ਭਾਜੀ, ਜਿਹਨੂੰ ਵੀ ਗੱਡੀ ਚਾਹੀਦੀ ਆ ਕੇ ਲਓ, ਵੇਖੋ ਸੁਣੋ ਵੀ ਬਹੁਤ ਵਧੀਆ ਸੋਹਣੀਆਂ ਸੋਹਣੀਆਂ ਗੱਡੀਆਂ ਨੇ ਤੇ ਰੇਟ ਵੀ ਹਿਸਾਬ ਦੇ ਤੁਹਾਡੇ ਹਿਸਾਬ ਨਾਲ ਹੀ ਮਿਲ ਜਾਂਦੇ ਨੇ। ਠੀਕ ਹੈ ਨਾ? ਕਹਿ ਮੈਂ ਭਾਬੀ ਸਾਰੇ ਜੀ ਸਾਰੇ ਤਰ੍ਹਾਂ ਦਾ ਹੋ ਜਾਂਦਾ ਹੈ ਸਿਸਟਮ, ਘੱਟ ਰੇਟ ਵੱਧ ਰੇਟ? ਹਾਂਜੀ ਹਾਂਜੀ ਸਾਰੇ ਹੋ ਜਾਂਦੇ ਨੇ। ਚਲੋ ਮੁਬਾਰਕਾਂ ਸਾਹਿਬ ਤੁਹਾਨੂੰ ਸਾਰੇ ਵੀਰਾਂ ਨੂੰ ਦੀਵਾਲੀ ਦੀਆਂ ਵੀ ਔਰ ਸਾਡੇ ਵੀਰਾਂ ਨੂੰ ਠੀਕ ਹੈ ਜੀ ਦੀਵਾਲੀ ਦੀਆਂ ਵੀ ਔਰ ਕਾਰ ਦੀਆਂ। ਠੀਕ ਹੈ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਭਾਜੀ। ਓਕੇ ਵੀਰ ਜੀ, ਇਹ ਵੀਰੇ ਬ੍ਰੀਜ਼ਾ ਲੈ ਕੇ ਆਏ ਆਪਾਂ ਆਪਣੇ ਵੀਰਾਂ ਵਾਸਤੇ 2021 ਮਾਡਲ ਆਟੋਮੈਟਿਕ ਦੇ ਵਿੱਚ ਔਰ ਬ੍ਰੈਂਡ ਨਿਊ ਦਾ ਮਤਲਬ ਬ੍ਰੈਂਡ ਨਿਊ ਕਾਰ, ਇੱਕ ਛੋਟਾ ਜਿਹਾ ਬੰਪਰ ਤੇ ਅੱਗੇ ਸਕ੍ਰੈਚ, ਉਹ ਵੀ ਆਪਾਂ ਰੀਪੇਂਟ ਨਹੀਂ ਕਰਾਇਆ। ਇਹਦੇ ਵਿੱਚ ਆਟੋਮੈਟਿਕ ਗੇਅਰ, ਪੁਸ਼ ਬਟਨ ਸਟਾਰਟ, ਸਟੀਅਰਿੰਗ ਕੰਟਰੋਲ, ਕੰਪਨੀ ਸਟੀਰੀਓ ਸਿਸਟਮ। ਸਿਰਫ 14,000 ਕਿਲੋਮੀਟਰ ਕਾਰ ਰਨਿੰਗ ਹੈ ਜੀ ਔਰ 70 ਮੈਟ ਵੀ ਐਕਸਟਰਾ ਲੱਗੇ ਕਾਰ ਨੂੰ ਜੀ। ਔਰ 5 ਟਾਇਰ ਇਹਦੇ ਨਾਲ ਦੇ ਸਰ, ਸਟੱਪਣੀ ਅਨਯੂਜ, ਲੋਕਲ ਨੰਬਰ ਹੈ ਜੀ PB33 ਨਕੋਦਰ ਔਰ ਹਾਈਬ੍ਰਿਡ ਮਾਡਲ ਹੈ ਜੀ, ਜਿਸ ਦੇ ਵਿੱਚ ਹਾਈਬ੍ਰਿਡ ਦਾ ਆਪਾਂ ਨੂੰ ਪਤਾ ਵੀ ਜਿਸ ਤਰ੍ਹਾਂ ਕਿ ਲੋਕਲ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ 20 ਦੀ ਸਪੀਡ ਤੋਂ ਘੱਟ ਹੁੰਦੀ ਅਤੇ ਆਟੋਮੈਟਿਕਲੀ ਬੈਟਰੀ 'ਤੇ ਕਾਰ ਚੱਲ ਜਾਂਦੀ, ਪੈਟਰੋਲ ਵਰਜਨ ਛੱਡ ਦਿੰਦੀ ਹੈ ਜੀ। ਤੁਸੀਂ ਦੇਖ ਸਕਦੇ ਹੋ ਜੈਕ ਰਾਡ ਪਾਉਣਾ ਵੀ ਅਜੇ ਤੱਕ ਬਾਹਰ ਕੱਢ ਕੇ ਨਹੀਂ ਦੇਖਿਆ ਹੋਏਗਾ। ਔਰ ਬ੍ਰੈਂਡ ਨਿਊ ਦਾ ਮਤਲਬ ਬ੍ਰੈਂਡ ਨਿਊ ਕਾਰ, ਸਾਰੀ ਟੋਟਲੀ ਕਾਰ ਓਰੀਜਨਲ ਔਰ ਜੈਨੂਨ ਕੰਪਨੀ ਰਿਕਾਰਡ ਨਾਲ ਚੱਲੀ ਹੋਈ। ਇੱਕ ਛੋਟਾ ਜਿਹਾ ਬੰਪਰ ਦੇ ਉੱਤੇ ਸਕ੍ਰੈਚ ਹੈ, ਇਹ ਵੀ ਆਪਾਂ ਕਰਵਾਇਆ ਨਹੀਂ, ਜੇ ਸਾਡੇ ਕੋਲ ਵੀਰ ਜਿੰਨਾ ਡੀਲ ਕਰਾਂਗੇ ਜੋ ਕਹਿਣਗੇ ਤਾਂ ਆਪਾਂ ਕਰਵਾ ਕੇ ਆਪਣੇ ਵੀਰਾਂ ਨੂੰ ਕਾਰ ਦੇ ਦਾਂਗੇ। ਇਹ ਆਪਾਂ ਵੀਰ ਨੂੰ ਕਾਰ ਦੇ ਦਾਂਗੇ ਜੀ 10,20,000 ਰੁਪਏ ਦੀ 2021 ਪੈਟਰੋਲ ਵਰਜਨ 'ਚ ਆਟੋਮੈਟਿਕ ਜੀ। ਇਹ ਵੀਰੇ ਆਪਾਂ ਛੋਟੇ ਬਜਟ 'ਚ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ, ਛੋਟੇ ਬਜਟ ਦੇ ਵਿੱਚ 2022 ਮਾਡਲ ਕਾਰ, ਕਾਰ ਚੱਲੀ ਸਿਰਫ 172 ਕਿਲੋਮੀਟਰ ਜੀ, PV91 ਲੁਧਿਆਣੇ ਦਾ ਨੰਬਰ, PV91 R4359 ਕਾਰ ਦਾ ਨੰਬਰ। ਔਰ ਨੈਕਸਟ ਟੂ ਸ਼ੋਰੂਮ ਨਵੀਂ ਦਾ ਮਤਲਬ ਨਵੀਂ ਕਾਰ, ਦੋਨੋਂ ਚਾਬੀਆਂ ਦੇ ਨਾਲ 172 ਕਿਲੋਮੀਟਰ ਕਾਰ ਰਨਿੰਗ। ਔਰ ਨਵੀਂ ਕਾਰ ਦੀ ਕੀ ਕਹਿ ਸਕਦੇ ਆਪਾਂ, ਕੋਈ ਸਿਫਤ ਵੀ ਨਹੀਂ ਕਰ ਸਕਦੇ ਕਿਉਂਕਿ ਨਵੀਂ ਤਾਂ ਹੈ ਹੀ ਨਵੀਂ ਆ ਜੀ। ਔਰ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ, ਕੋਈ ਸਕ੍ਰੈਚ, ਕੋਈ ਡੈਂਟ, ਕੋਈ ਪੇਂਟ ਨਹੀਂ, ਸਾਰੇ ਟਾਇਰ ਵੀ ਨਾਲ ਦੇ ਜੀ, ਇੱਕ ਛੋਟਾ ਮੋਟਾ ਵੀ ਕੋਈ ਮੱਖੀ ਜਿੰਨਾ ਦਾਗ ਸਕ੍ਰੈਚ ਨਹੀਂ ਹੈਗਾ ਕਾਰ ਨੂੰ। ਇਹ ਆਪਾਂ ਆਪਣੇ ਵੀਰਾਂ ਨੂੰ ਕਾਰ ਦੇ ਦਾਂਗੇ ਜੀ 4,25,000 ਰੁਪਏ ਦੀ 2022 ਮਾਡਲ ਅਲਟੋ 800, ਬਿਲਕੁਲ ਨਵੀਂ ਦਾ ਮਤਲਬ ਸ਼ੋਰੂਮ ਨਵੀਂ ਜੀ। ਇਹ ਵੀਰੇ ਕ੍ਰੇਟਾ ਆਪਾਂ ਆਪਣੇ ਵੀਰਾਂ ਵਾਸਤੇ ਲੈ ਕੇ ਆਏ ਹਾਂ, ਬੰਪਰ ਟੂ ਬੰਪਰ ਸਾਰੀ ਕਾਰ ਓਰੀਜਨਲ ਹੈ ਜੀ, ਪਹਿਲੇ ਨਾਂ 'ਤੇ ਆ, 40,000 ਕਿਲੋਮੀਟਰ ਕਾਰ ਟੋਟਲ ਰਨਿੰਗ ਹੈ। ਔਰ ਡੀਜ਼ਲ ਵਰਜਨ ਦੇ ਵਿੱਚ ਸਨਰੂਫ ਵਾਲਾ ਮਾਡਲ, ਪੁਸ਼ ਬਟਨ ਸਟਾਰਟ ਵਾਲਾ, ਬਿਲਕੁਲ ਬ੍ਰੈਂਡ ਨਿਊ ਬੇਦਾਗ ਕਾਰ, ਨੈਕਸਟ ਟੂ ਸ਼ੋਰੂਮ ਕਹਿ ਸਕਦੇ ਆਪਾਂ ਜੀ। ਔਰ ਇਹਨੂੰ ਲੈਦਰ ਦੇ ਬਕਟ ਫਿਟਿੰਗ ਬਲੈਕ ਕਲਰ ਦੇ ਵਿੱਚ ਬਹੁਤ ਵਧੀਆ ਸੀਟ ਕਵਰ ਲੱਗੇ, ਘੱਟੋ ਘੱਟ 15,000-17,000 ਰੁਪਏ ਦੇ, ਨੀਚੇ ਫੁੱਲ ਲੈਦਰ ਦੀ ਮੈਟਿੰਗ ਹੋਈ ਆ। ਕੰਪਨੀ ਟੱਚ ਪਲੇਅਰ, ਸਟੀਅਰਿੰਗ ਕੰਟਰੋਲ, ਪੁਸ਼ ਬਟਨ ਸਟਾਰਟ ਵਾਲਾ ਮਾਡਲ ਜੀ, ਸਨਰੂਫ। ਔਰ ਕੰਪਨੀ ਵਾਲੇ ਇਹਨੂੰ ਅਲਾਈਟ ਹੈ, ਅਜੇ ਤੱਕ ਕੋਈ ਚੇਂਜ ਨਹੀਂ ਹੋਈ, ਨਾਲ ਦੇ ਟਾਇਰ ਹੈ ਜੀ ਸਾਰੇ, ਔਰ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਅਜੇ ਟਾਇਰ ਹੈ ਜੀ। ਬਿਲਕੁਲ ਬ੍ਰੈਂਡ ਨਿਊ ਕਾਰ, ਨਵੀਂ ਦਾ ਮਤਲਬ ਨਵੀਂ ਔਰ ਬੇਦਾਗ ਕਾਰ ਜੀ, ਡੀਜ਼ਲ ਵਰਜਨ ਵਿੱਚ ਕ੍ਰੇਟਾ 2020 ਮਾਡਲ। ਇਹ ਆਪਾਂ ਆਪਣੇ ਵੀਰਾਂ ਨੂੰ ਕਾਰ ਦੇ ਦਾਂਗੇ ਸਰ 15,40,000 ਰੁਪਏ ਦੀ 2020 ਡੀਜ਼ਲ ਵਰਜਨ 'ਚ, XX ਟੋਪ ਤੋਂ ਇੱਕ ਨੀਚੇ ਵਾਲਾ ਮਾਡਲ, ਸਨਰੂਫ, ਪੁਸ਼ ਬਟਨ ਸਟਾਰਟ, ਕੰਪਨੀ ਦੇ ਅਲਾਈ ਜੇ ਚੁੰਮਦੇ ਜੀ।